ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਰੇ ਬੋਲਦਿਆਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਜਦ ਬਿਮਾਰ ਹੁੰਦੇ ਨੇ ਤਾਂ ਉਹ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਇਲਾਜ ਕਰਵਾਉਂਦੇ ਨੇ ਤੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਮੰਤਰੀਆਂ ਬਾਰੇ ਬੋਲਦਿਆਂ ਕਿਹਾ ਕਿ ਜਿਹੜੇ ਇਹਨਾਂ ਦੇ ਮੰਤਰੀ ਨੇ ਉਹ ਵੀ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾਂਦੇ ਨੇ। ਜੇਕਰ ਇਹਨਾਂ ਦੇ ਵੱਲੋਂ ਬਣਾਏ ਮਹੱਲਾ ਕਲੀਨਿਕ ਇੰਨੇ ਹੀ ਚੰਗੇ ਨੇ ਤਾਂ ਇਹ ਖੁਦ ਉੱਥੇ ਇਲਾਜ ਕਿਉਂ ਨਹੀਂ ਕਰਵਾਉਂਦੇ। ਪੰਜਾਬ ਨੂੰ ਕਰੋੜਾਂ ਰੁਪਏ ਦਾ ਇਹਨਾਂ ਨੇ ਨੁਕਸਾਨ ਕਰਵਾ ਦਿੱਤਾ ਤੇ ਪੰਜਾਬ ਦਾ ਜੋ ਬੇਸਿਕ ਸਿਹਤ ਢਾਂਚਾ ਸੀ ਉਹ ਢਹਿ ਢੇਰੀ ਹੋ ਚੁੱਕਿਆ। ਤੇ ਸਕੂਲ ਆਫ ਐਂਬੂਲੈਂਸ ਬਾਰੇ ਵੀ ਬੋਲਦਿਆਂ ਉਹਨਾਂ ਕਿਹਾ ਕਿ ਵੱਧੋਵਾਲ ਵਾਲਾ ਤਾਂ ਸਕੂਲ ਹੀ ਢਹਿ ਢੇਰੀ ਹੋ ਗਿਆ, ਜਿਸ ਦੇ ਵਿੱਚ ਇੱਕ ਟੀਚਰ ਦੀ ਵੀ ਡੈਥ ਹੋਈ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦਾ ਜਿਹੜਾ ਬੇਸਿਕ ਢਾਂਚਾ ਸੀ ਉਸ ਨੂੰ ਢਹਿ ਢੇਰੀ ਕਰ ਦਿੱਤਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੇਸਿਕ ਇਲਾਜ ਪਹਿਲਾਂ ਵੀ ਹੋ ਰਿਹਾ ਸੀ, ਅਸਲ ਦੇ ਵਿੱਚ ਜਿਨ੍ਹਾਂ ਨੂੰ ਇਹ ਮਾਨ ਕਲੀਨਿਕ ਜਾਂ ਮਹੱਲਾ ਕਲੀਨਿਕ ਦਾ ਨਾਂ ਦੇ ਰਹੇ ਨੇ ਉਹ ਡਿਸਪੈਂਸਰੀਆਂ ਨੇ ਜਿਨ੍ਹਾਂ ਉੱਤੇ ਰੰਗ ਕਰਵਾ ਕੇ ਨਵੇਂ ਰੰਗ ਰੂਪ ਦੇ ਨਾਲ ਪੇਸ਼ ਕੀਤਾ ਜਾ ਰਿਹਾ। ਨਾ ਹੀ ਪੰਜਾਬ ਦੇ ਵਿੱਚ ਡਾਕਟਰ ਹੈ, ਨਾ ਹੀ ਦਵਾਈਆਂ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਇਹਨਾਂ ਦੇ ਮਹੱਲਾ ਕਲੀਨਿਕ ਇੰਨੇ ਹੀ ਚੰਗੇ ਨੇ ਤਾਂ ਇਹ ਇਲਾਜ ਦੇ ਲਈ ਵੱਡੇ ਵੱਡੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਕਿਉਂ ਜਾਂਦੇ ਨੇ। ਇਹਨਾਂ ਦੇ ਮੰਤਰੀ ਹੁਣ ਖੁਦ ਮੁੱਖ ਮੰਤਰੀ ਤਾਂ ਕਹਿੰਦੇ ਜਦ ਵੀ ਉਹ ਬਿਮਾਰ ਹੁੰਦੇ ਨੇ ਤਾਂ ਦਿੱਲੀ ਦੇ ਅਪੋਲੋ ਹਸਪਤਾਲ ਦੇ ਵਿੱਚ ਪਹੁੰਚ ਜਾਂਦੇ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।